ਸ੍ਰੀਕਾਲ। ਸਭ ਤੋਂ ਪਹਿਲਾਂ ਮੈਂ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਮੁਬਾਰਕਾਂ ਦਿੰਦਾ ਕਿ ਪੰਜਾਬੀਆਂ ਦੁਆਰਾ ਬਹੁਤ ਹੀ ਆਸਾਂ ਅਤੇ ਉਮੀਦਾਂ ਨਾਲ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੂਰਾ ਇੱਕ ਸਾਲ ਹੋ ਗਿਆ। ਇੱਕ ਸਾਲ ਪਹਿਲਾਂ ਇੱਕ ਇਹੋ ਜਿਹਾ ਇਤਿਹਾਸ ਰਚਿਆ ਪੰਜਾਬੀਆਂ ਨੇ, ਭਾਵੇਂ ਤਾਂ ਆਜ਼ਾਦੀ ਤੋਂ ਬਾਅਦ ਕਹਿ ਲਓ, ਭਾਵੇਂ ਜਦੋਂ ਤੋਂ ਨਵਾਂ ਸੂਬਾ ਬਣਿਆ ਪੰਜਾਬ, ਕੋਈ ਤੀਜੀ ਪਾਰਟੀ ਇਹੋ ਜਿਹੀ ਨਹੀਂ ਆਈ ਸੀ ਜਿਹਨੇ ਇੰਨੀ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੋਵੇ। ਅਸੀਂ ਕੋਈ ਵੱਖਰਾ ਕੰਮ ਨਹੀਂ ਕੀਤਾ, ਸਾਡੀ ਜਿਹੜੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਵਿੱਚ ਨੌਨ ਪੋਲੀਟੀਕਲ ਬੈਕਗਰਾਊਂਡ ਵਾਲੇ ਬੰਦੇ ਨੇ ਜਿਨ੍ਹਾਂ ਦਾ ਕੋਈ ਰਾਜਨੀਤਿਕ ਵਿਰਸਾ ਨਹੀਂ ਹੈਗਾ, ਉਹ ਕਿਸੇ ਮੰਤਰੀ ਦੇ ਜਾਂ ਕਿਸੇ MLA ਦੇ ਜਾਂ ਕਿਸੇ ਕੋਈ ਹੋਰ ਪੋਲੀਟੀਕਲ ਚੇਅਰਮੈਨ ਦੇ ਮੁੰਡੇ ਕੁੜੀਆਂ ਜਾਂ ਧੀਆਂ ਪੁੱਤ ਜਵਾਈ ਨਹੀਂ ਹੈਗੇ, ਬਹੁਤੇ ਜ਼ਿਆਦਾ ਜਿਹੜੇ ਨੇ ਉਹ ਆਮ ਘਰਾਂ 'ਚ ਆਏ ਹੋਏ ਨੇ। ਤਾਂ ਅਸੀਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਅਰਵਿੰਦ ਕੇਜਰੀਵਾਲ ਜੀ ਨਾਲ, ਜਦੋਂ ਪੂਰੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਸੀ ਤਾਂ ਅਸੀਂ ਵਾਅਦਿਆਂ ਦੀ ਥਾਂ 'ਤੇ ਗਰੰਟੀਆਂ ਦੇ ਰਹੇ ਸੀ ਕਿ ਅਸੀਂ ਰੋਜ਼ਗਾਰ ਦੀ ਗਰੰਟੀ ਦਿੰਦੇ ਹਾਂ ਤੁਹਾਨੂੰ, ਰੋਜ਼ਗਾਰ ਤੋਂ ਸ਼ੁਰੂ ਕਰ ਲੈਂਦੇ। ਤਾਂ ਆਉਣ ਸਾਰ ਪਹਿਲੀ ਕੈਬਨਿਟ ਦੇ ਵਿੱਚ ਹੀ ਅਸੀਂ ਫੈਸਲਾ ਕੀਤਾ ਕਿ ਹਰੇਕ ਮਹਿਕਮੇ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਉਹ ਭਰਨੀਆਂ ਨੇ, ਅਤੇ ਹੋਰ ਜਿਹੜੇ ਚਾਹੀਦੇ ਨੇ ਸਟਾਫ ਘਾਟ ਹੈ ਜਿਨ੍ਹਾਂ ਦੀ, ਉਹਨਾਂ ਦੀਆਂ ਅਸਾਮੀਆਂ ਨਵੀਆਂ ਕੱਢਣੀਆਂ ਨੇ। ਅਤੇ ਇੱਕ ਸਾਲ ਦੇ ਵਿੱਚ ਵਿੱਚ 26,797 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਬੈਠਾ, ਨਿਯੁਕਤੀ ਪੱਤਰ ਦੇ ਕੇ। ਅਸੀਂ ਇੱਕ ਗਰੰਟੀ ਦਿੱਤੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਜਲੀ ਮਾਫ਼ ਕਰ ਦਿਆਂਗੇ, ਬਿਜਲੀ ਦਾ ਬਿੱਲ ਜ਼ੀਰੋ ਆਊਗਾ। ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਹ ਸਵਾਲ ਖੜ੍ਹੇ ਕੀਤੇ ਕਿ ਪੈਸਾ ਕਿੱਥੋਂ ਆਊਗਾ, ਇੱਦਾਂ ਕਿਵੇਂ ਕਰ ਦਿਓ, ਪਰ ਅਸੀਂ 1 ਜੁਲਾਈ ਨੂੰ ਇਹ ਫੈਸਲਾ ਕੀਤਾ ਕਿ 600 ਯੂਨਿਟ ਪਰ ਹੋਮ, 1 ਮੀਟਰ 'ਤੇ 600 ਯੂਨਿਟ, ਉਹਦੇ ਕਿਲੋਵਾਟ ਦੀ ਕੋਈ ਸ਼ਰਤ ਨਹੀਂ ਲਾਈ, ਅਤੇ ਅਸੀਂ 600 ਯੂਨਿਟ ਜਿਹੜਾ ਫ੍ਰੀ ਦੇਣ ਦਾ ਫੈਸਲਾ ਕਰ ਲਿਆ। 87% ਘਰਾਂ ਨੂੰ ਅੱਜ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ, ਜਿਹਦੇ ਵਿੱਚ ਜਨਰਲ ਘਰ ਵੀ ਨੇ, SCBC ਘਰ ਵੀ ਨੇ। ਸੋ ਸਾਡਾ ਮਕਸਦ 600 ਯੂਨਿਟ ਹੈ। ਸੋ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਸਹੂਲਤ ਹੈ ਇਹ, ਔਰ ਸਹੂਲਤਾਂ ਦੇਣਾ ਹੀ ਸਰਕਾਰ ਦਾ ਕੰਮ ਹੁੰਦਾ। ਫਿਰ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਤਹੀਆ ਕੀਤਾ, 14,000 ਐਜੂਕੇਸ਼ਨ ਡਿਪਾਰਟਮੈਂਟ 'ਚ ਅਤੇ ਵੱਖ ਵੱਖ ਮਹਿਕਮਿਆਂ 14,000 ਹੋਰ ਅਸੀਂ ਉਹਨਾਂ ਨੂੰ ਪੱਕੇ ਕਰਨ ਦਾ ਫੈਸਲਾ ਕਰ ਲਿਆ। ਜਿਹੜੇ ਬਾਕੀ ਆਊਟਸੋਰਸਿੰਗ ਵਾਲੇ ਬਚੇ ਨੇ, ਬੜੀ ਜਲਦੀ ਉਹਨਾਂ ਦਾ ਵੀ ਜਿਹੜਾ ਲੀਗਲ ਬੈਟਲਸ ਜਿਹੜੀਆਂ, ਲੀਗਲ ਹਰਡਲਸ ਜਿਹੜੇ ਨੇ, ਕਾਨੂੰਨੀ ਅੜਚਣਾਂ ਜਿਹੜੀਆਂ ਨੇ ਦੂਰ ਕਰਕੇ ਉਹਨਾਂ ਨੂੰ ਵੀ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾ ਲਿਆ ਜਾਊਗਾ। ਖੇਤੀ ਵਾਸਤੇ ਅਸੀਂ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਏ, ਮੂੰਗੀ 'ਤੇ ਅਸੀਂ MSP ਦਿੱਤੀ, ਅਸੀਂ ਝੋਨੇ ਦੀ ਡਾਇਰੈਕਟ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 1500-1500 ਰੁਪਏ ਪਰ ਏਕੜ ਦਿੱਤਾ। ਪਹਿਲੀ ਵਾਰ ਹੋਇਆ ਕਿ ਸ਼ੂਗਰ ਫੈਡ ਨੇ 1 ਰੁਪਈਆ ਵੀ ਗੰਨਾ ਉਤਪਾਦਕਾਂ ਦਾ ਨਹੀਂ ਦੇਣਾ, 392 ਕਰੋੜ ਉਹ ਵੀ ਉਤਾਰਿਆ ਗਿਆ। ਮੁਹੱਲਾ ਕਲੀਨਿਕ ਖੋਲ੍ਹੇ ਗਏ, ਹੁਣ ਤੱਕ 503 ਮੁਹੱਲਾ ਕਲੀਨਿਕ ਜਿਹੜੇ ਨੇ ਇੱਕ ਸਾਲ ਦੇ ਵਿੱਚ ਵਿੱਚ ਉਹ ਅਸੀਂ ਜਿਹੜੇ ਹੈ ਉਹ ਚਲਾ ਦਿੱਤੇ ਨੇ, ਜਿੱਥੋਂ ਕਿ ਹੁਣ ਤੱਕ 12-15 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਮੁਹੱਲਾ ਕਲੀਨਿਕਾਂ ਨਾਲ ਫਾਇਦਾ ਲੈ ਚੁੱਕੇ ਨੇ। ਯਾਨੀ ਕਿ 12-15 ਲੱਖ ਲੋਕ ਸਰਕਾਰੀ ਹਸਪਤਾਲਾਂ ਜਾਂ ਕਿਸੇ ਪ੍ਰਾਈਵੇਟ ਹਸਪਤਾਲਾਂ ਦੀਆਂ ਲਾਈਨਾਂ 'ਚ ਨਹੀਂ ਲੱਗੇ, ਉਹ ਮੁਹੱਲਾ ਕਲੀਨਿਕਾਂ 'ਚੋਂ ਵੀ ਆਪਣੀ ਦਵਾਈ ਲੈ ਕੇ ਠੀਕ ਹੋ ਗਏ। ਬੜੀ ਵੱਡੀ ਪ੍ਰਾਪਤੀ ਹੈ ਜੀ। ਸਕੂਲ ਆਫ ਐਮੀਨੈਂਸ ਸ਼ੁਰੂ ਕਰਨ ਲੱਗੇ ਹਾਂ, ਜਿੱਥੇ ਕਿ 9ਵੀਂ 10ਵੀਂ 11ਵੀਂ 12ਵੀਂ 'ਚ ਇਹੋ ਜਿਹੇ ਸਕੂਲ ਹੋਣਗੇ ਜਿੱਥੇ ਬੱਚੇ ਦਾ ਇੰਟਰਸਟ ਦੇਖਿਆ ਜਾਊਗਾ, ਜੇ ਉਹ ਖੇਡਾਂ ਵੱਲ ਜਾਣਾ ਚਾਹੁੰਦਾ ਤਾਂ ਖੇਡਾਂ ਵੱਲ, ਜੇ ਉਹ ਡਾਕਟਰ ਬਣਨਾ ਚਾਹੁੰਦਾ ਤਾਂ ਮੈਡੀਕਲ ਲਾਈਨ 'ਚ, ਜੋ ਇੰਜੀਨੀਅਰ ਬਣਨਾ ਚਾਹੁੰਦਾ ਤਾਂ ਇੰਜੀਨੀਅਰ ਲਾਈਨ 'ਚ ਲੈ ਕੇ ਜਾਵਾਂਗੇ, ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਦੁਨੀਆ ਦੇ ਬਰਾਬਰ ਦੇ ਲੈਵਲ ਦੇ ਜਿਹੜੇ ਜੋ ਲੈਂਗੁਏਜ ਜੋ ਇਸ ਵਕਤ ਪੜ੍ਹਾਈ ਚੱਲ ਰਹੀ ਹੈ ਉਹਦੇ ਬਰਾਬਰ ਦੇ ਹੋ, ਹਾਣ ਦੇ ਹੋ ਸਕਣ, ਸਦੀ ਦੇ ਅਤੇ ਸਮੇਂ ਦੇ ਹਾਣ ਦੇ ਹੋ ਸਕਣ। ਮਜ਼ਦੂਰਾਂ ਲਈ ਅਸੀਂ ਘੱਟੋ ਘੱਟ ਜਿਹੜੀ ਦਿਹਾੜੀ ਹੈ ਉਹ ਵਾਅਦਾ ਕੀਤਾ, ਔਰ ਪੰਜਾਬੀਆਂ ਦੀ ਸਭ ਤੋਂ ਵੱਡੀ ਦੁੱਖ ਦੀ ਰਗ ਸੀਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਜਿਹਦੇ 'ਤੇ ਸਰਕਾਰਾਂ ਨੇ ਰਲ ਮਿਲ ਕੇ ਕੁਛ ਨਹੀਂ ਕੀਤਾ ਸੀ, ਇੱਕ ਦੂਜੇ ਨੂੰ ਬਚਾਉਣ ਦਾ ਹੀ ਕੰਮ ਕੀਤਾ ਸੀ, ਪਰ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਗਰੰਟੀ ਦਿੱਤੀ ਸੀ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈ
ਉਹਦਾ ਇਨਸਾਫ ਜਿਹੜਾ ਦਵਾਵਾਂਗੇ। ਵੈਸੇ ਇਨਸਾਫ ਤਾਂ ਗੁਰੂ ਨੇ ਖੁਦ ਕਰਨਾ ਹੈ, ਕਿਉਂਕਿ ਅਸੀਂ ਤਾਂ ਉਹਨਾਂ ਦੇ ਮੂਹਰੇ ਹਰ ਰੋਜ਼ ਨਤਮਸਤਕ ਹੁੰਦੇ ਹਾਂ ਕਿ ਸਾਡੀ ਸੁਰੱਖਿਆ ਕਰਿਓ ਗੁਰੂ ਜੀ, ਅਤੇ ਉਹ ਜਿਹੜਾ ਸਾਡੀ ਸੁਰੱਖਿਆ ਕਰ ਸਕਦਾ ਉਹ ਆਪਣੀ ਸੁਰੱਖਿਆ ਵੀ ਕਰਨੀ ਜਾਣਦਾ। ਪਰ ਜੋ ਸਾਡਾ ਫਰਜ਼ ਸੀ, ਅਸੀਂ 7000 ਪੇਜ ਦਾ ਜਿਹੜਾ ਐੱਸ ਆਈ ਟੀ ਨੇ ਉਹਨੂੰ ਅਸੀਂ ਕੋਈ ਡਿਚਨ ਨਹੀਂ ਲਾਈ, ਐੱਸ ਆਈ ਟੀ ਨੂੰ ਕਿਹਾ ਜੋ ਸੱਚ ਹੈ ਉਹ ਲਿਖ ਦਿਓ, ਇਹਦੇ ਵਿੱਚ ਕੋਈ ਅਸੀਂ ਪੋਲੀਟੀਕਲ ਜਿਹੜੀ ਇੰਟਰਫੇਰੈਂਸ ਨਹੀਂ ਕੀਤੀ, ਅਤੇ ਉਹ ਚਲਾਨ ਪੇਸ਼ ਕੀਤਾ ਗਿਆ। ਬਹੁਤ ਸਾਰੇ ਕਰੋੜਾਂ ਲੋਕਾਂ ਦੇ ਕਾਲਜਾਂ 'ਚ ਠੰਡ ਪਈ। ਹੁਣ 1 ਸਾਲ ਤੋਂ ਬਾਅਦ ਸਾਡਾ ਕੰਮ ਹੈਗਾ ਪੰਜਾਬ ਨੂੰ, ਜਿਵੇਂ ਆਪਾਂ ਕਹਿੰਦੇ ਹਾਂ 1 ਸਾਲ ਹੋ ਗਿਆ ਪਹਿਲੇ ਗੇਅਰ ਦੇ ਵਿੱਚ, ਜੇ ਆਪਾਂ ਇੰਨਾ ਕੰਮ ਕਰ ਲਿਆ ਤਾਂ ਹੁਣ ਦੂਜਾ ਗੇਅਰ ਪਾਵਾਂਗੇ ਤਰੱਕੀ ਦਾ, ਯਾਨੀ ਕਿ ਸਪੀਡ ਹੋਰ ਵੀ ਫਾਸਟ ਹੋਊਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇੰਡਸਟਰੀ ਸਾਡੇ ਕੋਲ ਆ ਰਹੀ ਹੈ, ਬਹੁਤ ਸਾਰੇ ਲੋਕ ਜਿਹੜੇ ਵੱਡੇ ਵੱਡੇ ਇੰਡਸਟਰੀਲਿਸਟ ਨੇ ਉਹ ਪੰਜਾਬ ਦੇ ਵਿੱਚ ਪੈਸਾ ਲਾਉਣ ਨੂੰ ਤਿਆਰ ਨੇ, ਉਹਦੇ ਨਾਲ ਸਾਡੇ ਕਾਰਖਾਨੇ ਲੱਗਣਗੇ ਤਾਂ ਕੰਮ ਮਿਲੂਗਾ ਲੋਕਾਂ ਨੂੰ। ਹੁਣ ਅਸੀਂ ਡਰੱਗ ਦੇ ਖਿਲਾਫ ਬਹੁਤ ਵੱਡੀ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ। ਹੁਣ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣ ਵਾਲੀਆਂ ਲੀਹਾਂ 'ਤੇ ਆ ਚੁੱਕੇ ਹਾਂ। ਸਾਡਾ ਸਾਰਾ ਜਿਹੜਾ ਕੈਬਨਿਟ ਦਾ ਜਿਹੜਾ ਕੰਮਕਾਰ ਹੈ ਉਹ ਤੁਹਾਡੇ ਸਾਹਮਣੇ ਹੈ, ਪਾਰਦਰਸ਼ਤਾ ਨਾਲ ਕੰਮਕਾਰ ਹੁੰਦਾ। ਔਰ ਭ੍ਰਿਸ਼ਟਾਚਾਰ ਬਹੁਤ ਵੱਡੀ ਬਿਮਾਰੀ, ਅਸੀਂ ਆਉਣ ਸਾਰ ਭ੍ਰਿਸ਼ਟਾਚਾਰ 'ਤੇ ਨਕੇਲ ਕਸੀ। ਬਹੁਤ ਸਾਰੇ ਵੱਡੇ ਵੱਡੇ ਮੰਤਰੀ ਜੇਲ੍ਹ 'ਚ ਨੇ, ਬਹੁਤ ਸਾਰੇ ਰਸੂਖਦਾਰ ਅਫਸਰ ਜਾਂ ਰਸੂਖਦਾਰ ਬੰਦੇ ਜੇਲ੍ਹ 'ਚ ਨੇ। ਇੱਥੋਂ ਤੱਕ ਕਿ ਸਾਡੇ ਵੀ ਜਿਨ੍ਹਾਂ ਨੇ ਸਾਡੀ ਪਾਰਟੀ ਦੇ ਜਿਨ੍ਹਾਂ ਨੇ ਕੋਈ ਕੋਸ਼ਿਸ਼ ਕੀਤੀ ਰਿਸ਼ਵਤਖੋਰੀ ਦੀ, ਅਸੀਂ ਉਹਨਾਂ 'ਤੇ ਵੀ ਐਕਸ਼ਨ ਲਿਆ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਆਪਣੇ ਕਿਸੇ ਮੰਤਰੀ 'ਤੇ ਜਾਂ MLA 'ਤੇ ਐਕਸ਼ਨ ਲਿਆ ਹੋਵੇ। ਸੋ ਜ਼ੀਰੋ ਟੋਲਰੈਂਸ ਹੈ ਸਾਡੀ, ਅਰਵਿੰਦ ਕੇਜਰੀਵਾਲ ਜੀ ਦੀ ਇਹ ਜਿਹੜੀ ਸੋਚ ਹੈ, ਕਿਉਂਕਿ ਇਹ ਪਾਰਟੀ ਜਿਹੜੀ ਐਂਟੀ ਕਰਪਸ਼ਨ ਮੂਵਮੈਂਟ 'ਚੋਂ ਨਿਕਲੀ ਹੋਈ ਹੈ, ਅੰਦੋਲਨ 'ਚੋਂ ਨਿਕਲੀ ਹੋਈ ਹੈ। ਸੋ ਅਸੀਂ NRI ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਹੁਣ ਸਰਕਾਰ ਤੁਹਾਡੇ ਵਿਸ਼ਵਾਸ ਦੀ ਆ ਗਈ, ਹੁਣ ਸਰਕਾਰ ਪੰਜਾਬੀਆਂ ਦੀ ਆ ਗਈ। ਇਸ ਤੋਂ ਪਹਿਲਾਂ ਸਰਕਾਰ ਕਿਸੇ ਬੰਦੇ ਦੀ ਹੁੰਦੀ ਸੀ, ਆਹ ਕੈਪਟਨ ਦੀ ਸਰਕਾਰ, ਆਹ ਬਾਦਲ ਦੀ ਸਰਕਾਰ। ਇਸ ਵਕਤ ਜਿਹੜੀ ਸਰਕਾਰ ਹੈ ਉਹ ਪੰਜਾਬੀਆਂ ਦੀ ਸਰਕਾਰ ਹੈ, ਆਪਣੀ ਸਰਕਾਰ ਹੈ। ਸੋ ਤੁਸੀਂ ਸਾਰੇ ਆਓ, ਸਾਡਾ ਸਾਥ ਦਿਓ, ਅਗਲਾ ਵਰ੍ਹਾ ਜਿਹੜਾ ਆਪਾਂ ਹੋਰ ਵੀ ਉੱਪਰ ਲੈ ਕੇ ਜਾਣਾ। ਆਮ ਤੌਰ 'ਤੇ ਸਰਕਾਰਾਂ ਜਿਹੜੀਆਂ ਨੇ ਜੋ ਕੰਮ ਆਖਰੀ 6 ਮਹੀਨਿਆਂ 'ਚ ਕਰਦੀਆਂ ਨੇ, ਅਸੀਂ ਪਹਿਲੇ 6 ਮਹੀਨਿਆਂ 'ਚ ਉਹ ਕਰਤਾ। ਸਾਡਾ ਮਕਸਦ ਨੈਕਸਟ ਗੌਰਮੈਂਟ ਨਹੀਂ, ਸਾਡਾ ਮਕਸਦ ਨੈਕਸਟ ਜਨਰੇਸ਼ਨ ਹੈ। ਆਮ ਤੌਰ 'ਤੇ ਜਿਹੜੀਆਂ ਸਰਕਾਰਾਂ ਨੇ ਜਾਂ ਪਾਰਟੀਆਂ ਨੇ ਉਹ ਇਹ ਦੇਖਣ ਲੱਗ ਜਾਂਦੀਆਂ ਨੇ ਆਪਣੀ ਅਗਲੀ ਗੌਰਮੈਂਟ ਕਿਵੇਂ ਬਣੂਗੀ, ਇਸ ਚੱਕਰ 'ਚ ਹੀ ਉਹ ਫੈਸਲੇ ਲੈਣ ਲੱਗ ਜਾਂਦੇ ਨੇ, ਆਹ ਨਾ ਕਰੋ, ਆਹ ਕਰ ਦਿਉ, ਆਹ ਨਾ ਕਰੋ, ਆਹ ਕਰ ਦਿਉ। ਅਸੀਂ ਇਹ ਕਹਿ ਰਹੇ ਹਾਂ ਕਿ ਗੌਰਮੈਂਟ ਤਾਂ ਬਣਾਤੀ ਲੋਕਾਂ ਨੇ, ਹੁਣ ਆਪਣੀ ਨੈਕਸਟ ਜਨਰੇਸ਼ਨ ਕਿਵੇਂ ਬਣੂ, ਅਗਲੀ ਪੀੜ੍ਹੀ ਜਿਹੜੀ ਹੈ ਉਹਨੂੰ ਆਪਾਂ ਕਿਵੇਂ ਉੱਚਾ ਲੈ ਕੇ ਜਾ ਸਕਦੇ ਹਾਂ, ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਿਉਂਗਾ। ਮੈਨੂੰ ਪਤਾ ਹੈ ਕਿ ਇੰਨਾ ਜ਼ਿਆਦਾ ਜਦੋਂ ਵਿਸ਼ਵਾਸ ਹੋ ਜਾਵੇ ਤਾਂ ਮੇਰਾ ਵੀ ਬਹੁਤ ਸਾਰਾ ਜਿਹੜਾ ਜ਼ਿੰਮੇਵਾਰੀ ਦਾ ਭਾਰ ਵੱਧ ਜਾਂਦਾ। ਪਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਰੱਬ ਜੇ ਚੁੰਝ ਦਿੰਦਾ ਤਾਂ ਚੋਗਾ ਵੀ ਦਿੰਦਾ, ਜੇ ਕੋਈ ਜ਼ਿੰਮੇਵਾਰੀ ਦਿੰਦਾ ਤਾਂ ਉਹਨੂੰ ਨਿਭਾਉਣ ਦਾ ਬਲ ਵੀ ਦਿੰਦਾ। ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਪੂਰਾ ਪੰਜਾਬ ਤਰੱਕੀਆਂ ਕਰੇ, ਤੰਦਰੁਸਤ ਰਹਿਣ ਸਾਡੇ ਪੰਜਾਬੀ, ਨਵੀਆਂ ਲੀਹਾਂ ਤਰੱਕੀ ਦੀਆਂ ਅਸੀਂ ਪਾਈਏ, ਅਤੇ ਰਲ ਮਿਲ ਕੇ ਅਸੀਂ ਦੁਬਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ। ਤੁਸੀਂ ਸਾਲ ਪਹਿਲਾਂ ਜੋ ਵਿਸ਼ਵਾਸ ਕੀਤਾ, ਅਸੀਂ 1 ਸਾਲ ਬਾਅਦ ਉਸ ਵਿਸ਼ਵਾਸ ਨੂੰ ਹੋਰ ਗੂੜਾ ਅਤੇ ਦ੍ਰਿੜ ਕਰਾਂਗੇ। ਅਗਲੇ ਸਾਲ ਇਹੀ ਵਿਸ਼ਵਾਸ ਜਿਹੜਾ ਉਹ ਯਕੀਨ 'ਚ ਬਦਲਦਾ ਜਾਊਗਾ, ਤਾਂ ਤੁਹਾਨੂੰ ਇਹ ਯਕੀਨ, ਪੱਕਾ ਯਕੀਨ ਹੋ ਜਾਣਾ ਕਿ ਹਾਂ ਇਹ ਜਿਹੜੇ ਨਵੇਂ ਚੁਣੇ ਨੇ ਇਹ ਸਾਡੇ ਵਰਗੇ ਨੇ, ਇਹ ਸਾਡੇ 'ਚੋਂ ਨਿਕਲੇ ਨੇ, ਇਹ ਸਾਡੇ ਦੁੱਖਾਂ ਨੂੰ ਜਾਣਦੇ ਨੇ, ਇਹ ਮਹਿਲਾਂ ਵਾਲੇ ਨਹੀਂ ਹੈਗੇ, ਇਹ ਸਾਡੇ ਦੁੱਖਾਂ ਦਰਦਾਂ ਦੀ ਦਾਰੂ ਇਹਨਾਂ ਕੋਲ ਹੈਗੀ ਹੈ। ਅਸੀਂ ਪੰਜਾਬ ਦੇ ਵਿੱਚ ਚੁੱਲ੍ਹਿਆਂ ਦੀ ਅੱਗ ਜਿਹੜੀ ਆ ਬੁੱਝਣ ਨਹੀਂ ਦੇਣੀ। ਸੋ ਪੰਜਾਬੀ ਹਮੇਸ਼ਾ ਹੀ ਜਿਹੜੇ ਨੇ ਉਹ ਤਰੱਕੀਆਂ 'ਤੇ ਰਹੇ ਨੇ, ਜਿਹੜੇ ਮਰਜ਼ੀ ਮੁਲਕ ਦੇ ਵਿੱਚ ਚਲੇ ਜਾਣ ਪੰਜਾਬੀ ਕਾਮਯਾਬ ਰਹੇ ਨੇ। ਸੋ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਆਪਾਂ ਬੁਲੰਦ ਕਰਾਂਗੇ। ਸਾਥ ਦਿੰਦੇ ਰਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਇਨਕਲਾਬ ਜ਼ਿੰਦਾਬਾਦ।